ਡੇਰਾ ਗਾਗਾ ਦੇ ਮੂਨਕ ਚ ਇੱਕ ਮੈਡੀਕਲ ਤੇ ਸਿਹਤ ਵਿਭਾਗ ਦੇ ਵੱਲੋਂ ਅਚਾਨਕ ਛਾਪੇਮਾਰੀ ਕੀਤੀ ਗਈ। ਇਸ ਮੌਕੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਦੁਕਾਨ ਚ ਨਸ਼ੀਲੀਆਂ ਦਵਾਈਆਂ ਵੇਚਣ ਦੀ ਸ਼ਿਕਾਇਤ ਮਿਲੀ ਸੀ, ਜਿਸ ਤੋਂ ਬਾਅਦ ਇਹ ਰੇਡ ਕੀਤੀ ਗਈ ਹੈ, ਪਰ ਉਹਨਾਂ ਨੂੰ ਇੱਥੋਂ ਕੋਈ ਵੀ ਨਸ਼ੀਲਾ ਪਦਾਰਥ ਬਰਾਮਦ ਨਹੀਂ ਹੋਇਆ। ਉਸ ਬੇਸਿਸ ਤੇ ਚੈਕਿੰਗ ਕੀਤੀ ਗਈ ਆ, ਉਹਨਾਂ ਦੇ ਆਰਡਰ ਸੀਗੇ ਵੀ ਅੱਜ ਚੈਕਿੰਗ ਕਰ ਲਓ, ਤਾਂ ਕਰਕੇ ਇਹਨਾਂ ਦੀ ਚੈਕਿੰਗ ਕੀਤੀ ਗਈ ਹੈ। ਮੇਨਲੀ ਕੰਪਲੇਂਟ ਇਹੀ ਸੀਗੀ ਵੀ ਨਸ਼ੇ ਦੀਆਂ ਦਵਾਈਆਂ, ਪਰ ਇੱਥੇ ਕੁਛ ਨਸ਼ੇ ਦੀਆਂ ਦਵਾਈਆਂ ਸਾਨੂੰ ਕੋਈ ਦਿਖੀਆਂ ਨਹੀਂ, ਪਰ ਵੈਸੇ ਜਨਰਲ ਮੈਡੀਸਨ ਦੀ ਅਸੀਂ ਸੈਂਪਲਿੰਗ ਕਰ ਲਈ ਹੈ ਤਾਂ ਕਿ ਟੈਸਟਿੰਗ ਹੋ ਸਕੇ ਵੀ ਮੈਡੀਸਨ ਇਹਨਾਂ ਦੀ ਠੀਕ ਕੁਆਲਿਟੀ ਦੀ ਹੈਗੀ ਹੈ ਜਾਂ ਨਹੀਂ। ਤੇ ਬਾਕੀ ਮੈਮ ਹੋਰ ਮੈਡੀਕਲ ਸਟੋਰਾਂ ਦੀ ਵੀ ਚੈਕਿੰਗ ਕੀਤੀ ਜਾਊਗੀ? ਹਾਂਜੀ ਹਾਂ, ਇੱਕ ਦੋ ਹੋਰ ਮੈਡੀਕਲ ਸਟੋਰ ਹੈਗੇ ਨੇ, ਉਹਨਾਂ ਦੀ ਵੀ ਚੈਕਿੰਗ ਕਰ ਲਈ। ਇਸ ਤੋਂ ਇਲਾਵਾ ਉਹਨੇ ਦੱਸਿਆ ਕਿ ਦੁਕਾਨ ਤੇ ਮੌਜੂਦ ਦਵਾਈਆਂ ਦੇ ਸੈਂਪਲ ਲੈ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੇ ਗਏ ਨੇ। ਲਹਿਰਾ ਗਾਗਾ ਤੋਂ ਗਗਨਦੀਪ ਸਿੰਘ, ਦੈਨਿਕ ਸਵੇਰਾ ਟੀਵੀ।